ਤੇ ਸਰਕਾਰ ਦੀ ਸਿੱਖਿਆ ਪ੍ਰਣਾਲੀ ਤੇ ਟੀਚਰਾਂ ਦੀ ਕਾਰਗੁਜ਼ਾਰੀ ਬੱਚਿਆਂ ਦੇ ਭਵਿੱਖ ਨੂੰ ਪ੍ਰਭਾਵਿਤ ਨਹੀਂ ਕਰ ਰਹੀ ਹੈ। ਸਰਕਾਰੀ ਹਾਈ ਸਕੂਲ ਮੁਸ਼ਕਾਬਾਦ ਨਜ਼ਦੀਕ ਸਮਰਾਲਾ ਵਿੱਚ 9ਵੀਂ ਕਲਾਸ ਵਿੱਚ ਤੀਜੀ ਵਾਰ ਫੇਲ ਹੋਏ ਵਿਦਿਆਰਥੀਆਂ ਦੇ ਨਤੀਜੇ ਕੁਝ ਇਹੋ ਹੀ ਬਿਆਨ ਕਰ ਰਹੇ ਨੇ, ਜਿੱਥੋਂ ਇੱਕ ਪਾਸੇ ਸਰਕਾਰ ਵੱਲੋਂ ਬੱਚਿਆਂ ਨੂੰ 8ਵੀਂ ਕਲਾਸ ਤੱਕ ਨਾ ਫੇਲ ਕਰਨਾ ਵੀ ਇੱਕ ਕਾਰਨ ਹੈ, ਜਦੋਂ ਬੱਚੇ 9ਵੀਂ ਕਲਾਸ ਵਿੱਚ ਹੋ ਜਾਂਦੇ ਤਾਂ ਉਹਨਾਂ ਦੀ ਕਾਰਗੁਜ਼ਾਰੀ ਸਹੀ ਨਹੀਂ ਰਹਿੰਦੀ। ਜਦੋਂ ਇਸ ਸੰਬੰਧੀ ਸਕੂਲ ਦੇ ਟੀਚਰਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਬੱਚੇ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ ਤੇ ਨਾ ਹੀ ਮਾਤਾ ਪਿਤਾ ਇਹਨਾਂ ਵੱਲ ਧਿਆਨ ਦਿੰਦੇ ਨੇ। ਬੱਚਿਆਂ ਦੇ ਸਕੂਲ ਵਿੱਚ ਹਾਜ਼ਰੀ ਵੀ ਘੱਟ ਰਹਿੰਦੀ ਹੈ ਤੇ ਇੱਥੋਂ ਤੱਕ ਬੱਚੇ 9ਵੀਂ ਕਲਾਸ ਵਿੱਚੋਂ ਪੰਜਾਬੀ ਵਿੱਚੋਂ ਵੀ ਫੇਲ ਸਨ। ਜਦੋਂ ਪੰਜਾਬੀ ਟੀਚਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਕਿ ਪੰਜਾਬੀ ਵੀ ਬਹੁਤ ਔਖਾ ਵਿਸ਼ਾ ਹੈ, ਨਾ ਕਿ ਸੌਖਾ, ਇਸ ਲਈ ਬੱਚੇ ਪੰਜਾਬੀ ਵੀ ਨਹੀਂ ਜਾਣਦੇ। ਆਪਣੇ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਹੋਈ ਹੈ, ਬੱਚਿਆਂ ਦਾ ਪਿੱਛੋਂ ਬੇਸ 8ਵੀਂ ਤੱਕ ਦਾ ਲਗਾਤਾਰ ਆਪਣੇ ਜਿਹੜੀ ਪਾਸ ਕਰਨ ਦੀ ਗੌਰਮੈਂਟ ਦੀ ਨੀਤੀ ਆ, ਅਤੇ ਉਹ ਵੀ ਕਾਰਨ, ਹੋਰ ਵੀ ਸਮਾਜਿਕ ਕਾਰਨ ਵੀ, ਜਿਵੇਂ ਕਿ ਟੀ ਵੀ ਮੀਡੀਆ ਦਾ ਬਹੁਤ ਯੋਗ ਆ, ਬੱਚੇ ਘਰਾਂ 'ਚ ਕੁਝ ਮਾਂ ਬਾਪ ਦਾ ਵੀ ਆਪਣੇ ਕੰਮਾਂ ਪ੍ਰਤੀ ਵਿਅਸਤ ਹੋਣਾ, ਬੱਚਿਆਂ ਵੱਲ ਥੋੜ੍ਹਾ ਜਿਹਾ ਘੱਟ ਧਿਆਨ ਦੇਣਾ, ਸਕੂਲਾਂ ਦੇ ਟੀਚਰਾਂ ਨਾਲ ਘੱਟ ਸੰਪਰਕ ਕਰਨਾ, ਅਜਿਹੇ ਕੁਝ ਕਾਰਨ ਨੇ ਜੀ। ਨਹੀਂ, ਟੋਟਲੀ ਨਹੀਂ ਮੰਨਿਆ ਜਾ ਸਕਦਾ ਜੀ ਉਹਨਾਂ ਨੂੰ ਆਪਣੇ ਕਿਤੇ, ਜੇ ਤੁਸੀਂ ਚਲੋ ਅਸੀਂ ਪੜ੍ਹਾ ਰਹੇ ਹਾਂ, ਸਮਾਜ ਵੱਲੋਂ ਸਾਡੇ 'ਤੇ ਉਹਨਾਂ ਜ਼ਿੰਮੇਵਾਰੀ ਸੌਂਪੀ ਆ, ਉਹਨਾਂ ਲਈ ਹੈ ਸੀ ਵੀ ਚਲੋ ਉਹਨਾਂ ਦੇ ਪੂਰੇ ਜ਼ਿੰਮੇਵਾਰ, ਪਰ ਜੇ ਬੱਚੇ ਹੁਣ ਦਾ ਪਿਛਲੇ ਦੇਖਦੇ ਹੋਏ ਆਪਣੇ ਜੋ ਉਹਨਾਂ ਦੇ IQ ਲੈਵਲ ਆ, ਜੋ ਵੀ ਉਹਦੇ ਬਿਹਾਫ 'ਤੇ ਹੀ ਅੱਗੇ ਸਾਡੇ ਵੱਲੋਂ ਪੜ੍ਹਾਇਆ ਜਾਂਦਾ ਵਾ ਜੀ। ਇਹਨਾਂ ਦਾ ਕਾਰਨ ਇਹੀ ਹੈ ਜੀ, ਪਿੱਛੇ ਤੋਂ ਬੱਚਿਆਂ ਦਾ ਬੇਸ ਨਾ ਬਣਿਆ ਹੋਣਾ। ਬੱਚੇ ਸਾਡੇ ਕੋਲ ਜਿਹੜੇ ਪਹਿਲੇ ਕਈ ਸੈਸ਼ਨਾਂ ਦੀ ਗੱਲ ਕਰੀਏ, ਆਪਣੇ ਸਾਡੇ ਸਕੂਲ ਆਪਣੇ, ਮੈਨੂੰ ਕਾਫੀ ਚਿਰ ਹੋ ਗਿਆ ਇੱਥੇ ਪੜ੍ਹਾਉਂਦਿਆਂ ਨੂੰ, ਚੰਗੇ ਅਧਿਆਪਕ ਡਾਕਟਰ ਇੰਜੀਨੀਅਰਾਂ ਦੇ ਅਹੁਦਿਆਂ 'ਤੇ ਵੀ ਪਹੁੰਚੇ ਨੇ ਆਪਣੇ, ਤਾਂ ਉਹ ਵੀ ਸਾਡੇ ਸਕੂਲ ਦੇ ਹੀ ਪੜ੍ਹਾਏ ਹੋਏ ਬੱਚੇ ਨੇ ਆਪਣੇ, ਆ ਕੇ ਸਾਡੇ ਆਉਂਦੇ ਨੇ ਆਪਣੇ, ਤਾਂ ਸਾਨੂੰ ਆਪਣੀ ਖੁਸ਼ੀ ਹੁੰਦੀ ਹੈ ਆਪਣੇ, ਉਹਨਾਂ ਨੂੰ ਵੀ ਉਸ ਅਹੁਦਿਆਂ 'ਤੇ ਪਹੁੰਚੇ ਹੋਏ ਨੇ ਆਪਣੇ। ਸਦਾ ਹੀ ਸਕੂਲ ਦਾ ਰਿਜ਼ਲਟ ਅਜਿਹਾ ਨਹੀਂ ਰਿਹਾ ਆਪਣੇ, ਕਿਸੇ ਕਿਸੇ ਕੋਈ ਬੈਚ ਆ ਜਿਹੜਾ ਆਪਣੇ ਰਿਹਾ ਵਾ, ਸਦਾ ਹੀ ਅਜਿਹਾ ਨਹੀਂ ਰਿਜ਼ਲਟ ਰਿਹਾ ਆਪਣੇ ਸਾਡੇ ਸਕੂਲ ਦਾ। ਪਿਛਲੇ ਸਾਲਾਂ 'ਚ ਸਾਡੇ ਵਿਦਿਆਰਥੀਆਂ ਨੇ ਮੈਟੋਰੀਆ ਸਕੂਲਾਂ 'ਚ 80% ਤੋਂ ਉੱਪਰ ਨੰਬਰ ਲੈ ਕੇ ਵਧੀਆ ਮੱਲਾਂ ਮਾਰੀਆਂ ਨੇ। ਇਹਦਾ ਸਰ ਇਹੀ ਕਾਰਨ ਹੈ, ਇੱਕ ਤਾਂ ਰਾਈਟ ਟੂ ਐਜੂਕੇਸ਼ਨ ਕਰਕੇ ਜੋ ਬੱਚੇ ਸ਼ੁਰੂ ਤੋਂ ਹੀ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਪਾਸ ਤਾਂ ਹੋ ਹੀ ਜਾਣਾ, ਸਾਨੂੰ ਕਿਹੜਾ ਫੇਲ ਕੀਤਾ ਜਾਣਾ ਜਾਂ ਅਸੀਂ ਕਿਹੜਾ ਪਿਛਲੀ ਕਲਾਸ 'ਚ ਬੈਠਣਾ, ਉਸ ਵਜ੍ਹਾ ਤੋਂ ਥੋੜ੍ਹਾ ਜਿਹਾ ਘੱਟ ਪੜ੍ਹਨ ਦੀ ਜਾਂ ਨਾ ਪੜ੍ਹਨ ਦੀ ਕਹਿ ਲਓ ਆਦਤ ਪਈ ਹੁੰਦੀ ਹੈ। ਬਟ 9th 'ਚ ਆ ਕੇ ਇੱਕਦਮ ਜਦੋਂ ਉਹਨਾਂ ਦੇ ਅੱਗੇ ਸਿਲੇਬਸ ਵੀ ਟਫ ਆ ਜਾਂਦਾ ਜਾਂ ਪੜ੍ਹਨਾ ਜ਼ਿਆਦਾ ਪੈਂਦਾ, ਉੱਥੇ ਆ ਕੇ ਉਹ ਲੈਕ ਕਰ ਜਾਂਦੇ ਨੇ, ਪਲੱਸ ਪ੍ਰੈਕਟਿਸ ਦੀ ਕਮੀ ਹੁੰਦੀ ਹੈ। ਜਿਵੇਂ ਮੈਥ ਸਬਜੈਕਟ 'ਚ ਲਗਾ ਲਓ, ਕੁਛ ਘਰ ਦੇ ਘੱਟ ਧਿਆਨ ਦਿੰਦੇ ਨੇ, ਅਸੀਂ ਬੁਲਾਉਂਦੇ ਹਾਂ ਤਾਂ ਵੀ ਨਹੀਂ ਆਉਂਦੇ, ਇਹ ਸਭ ਚੀਜ਼ਾਂ ਨੇ। ਘਰੇ ਜਾ ਕੇ ਬੱਚੇ ਪ੍ਰੈਕਟਿਸ ਨਹੀਂ ਕਰਦੇ। ਰਿਜ਼ਲਟ ਪਿਛਲੇ ਵਾਰ ਨਾਲੋਂ ਥੋੜ੍ਹਾ ਜਿਹਾ ਮਾੜਾ ਰਿਹਾ, ਪਰ ਇੰਨਾ ਮਾੜਾ ਵੀ ਨਹੀਂ ਕਹਿ ਸਕਦੇ। ਕਿੰਨੇ ਬੱਚੇ ਸੀ ਟੋਟਲ? 40 ਸੀਗੇ। ਕਿੰਨੇ ਫੇਲ ਹੋਏ ਨੇ? 17 ਫੇਲ ਹੋਏ ਨੇ। ਅੱਛਾ, ਤੇ ਇਹਦਾ ਕੀ ਕਾਰਨ ਮੰਨ ਕੇ ਚੱਲਦੇ ਵੀ ਹਾਂ ਫੇਲ ਹੋਏ ਨੇ ਬੱਚੇ, 17 ਬੱਚਿਆਂ ਦਾ ਫੇਲ ਹੋ ਜਾਣਾ, ਕਈ ਬੱਚੇ 2 ਜਾਂ 3 ਵਾਰ ਵੀ ਫੇਲ ਹੋਏ? ਹਾਂਜੀ, 2-3 ਵਾਰ ਵੀ, ਉਹੀ ਰੀਜ਼ਨ ਹੈ ਨਾ ਸਰ, ਉਹ ਜੋ ਕਰਾਇਆ ਜਾ ਰਿਹਾ ਕੰਮ ਉਹ ਕਰਦੇ ਹੀ ਨਹੀਂ, ਅਸੀਂ ਮਾਰ ਸਕਦੇ ਨਹੀਂ। ਪੇਰੈਂਟਸ ਉਹਨਾਂ ਦੇ ਸਭ ਦਿਹਾੜੀ ਵਾਲੇ ਨੇ, ਬੋਥ ਮਦਰ ਐਂਡ ਫਾਦਰ ਆਰ ਵਰਕਿੰਗ, ਘਰੇ ਉਹਨਾਂ ਨੂੰ ਕਿਸੇ ਦਾ ਡਰ ਨਹੀਂ, ਸਕੂਲ 'ਚ ਅਸੀਂ ਡਰ ਜ਼ਿਆਦਾ ਪਾ ਨਹੀਂ ਸਕਦੇ, ਫਿਰ ਬੱਚਾ ਹਰ ਪਾਸੋਂ ਫ੍ਰੀ ਹੈ, ਕੰਮ ਨਹੀਂ ਕਰਦੇ, ਜੋ ਪੜ੍ਹਾਇਆ ਜਾਂਦਾ ਘਰੋਂ ਪੜ੍ਹ ਕੇ ਨਹੀਂ ਆ ਰਹੇ। ਬਸ ਫਿਰ ਉਹੀ ਬੇਸਿਕ ਜੋ ਸਟਾਰਟਿੰਗ ਤੋਂ ਉਹਨਾਂ ਦਾ ਬੇਸ ਹੈ, ਇੰਨਾ ਕਲੀਅਰ ਨਹੀਂ ਮੰਨਿਆ ਜਾਂਦਾ ਕਿ ਸ਼ੁਰੂ ਤੋਂ ਹੀ ਜਦ ਪੜ੍ਹਨ ਨਾਲ ਉਹਨਾਂ ਨੇ ਧਿਆਨ ਹੀ ਨਹੀਂ ਦਿੱਤਾ ਹੋਇਆ।